ਜਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਅੱਜ ਆਮ ਆਦਮੀ ਪਾਰਟੀ ਨੇ 4 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਦੱਸਣਾ ਚਾਹਾਂਗੇ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਜੋ ਮੀਤ ਹੇਅਰ ਦੇ ਕਰੀਬੀ ਜਾਣੇ ਜਾਂਦੇ ਨੇ ਉਹਨਾਂ ਨਾਮ ਅੱਜ ਉਮੀਦਵਾਰ ਦੇ ਤੌਰ ਤੇ ਐਲਾਨਿਆ ਗਿਆ। ਸਾਡੇ ਨਾਲ ਹਰਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਨੇ। ਹਰਿੰਦਰ ਜੀ ਪਹਿਲਾਂ ਤੁਹਾਨੂੰ ਵਧਾਈਆਂ ਨਿਊਜ਼ 18 ਵੱਲੋਂ। ਕਿਸ ਤਰ੍ਹਾਂ ਦੇਖਦੇ ਹੋ ਜ਼ਿੰਮੇਵਾਰੀ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਜਿਹੜੀ ਉਮੀਦਵਾਰ ਦੇ ਤੌਰ ਤੇ ਤਾਰਿਆ ਗਿਆ ਤੁਹਾਨੂੰ? ਧੰਨਵਾਦ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾਗਾ ਸਾਡੀ ਪਾਰਟੀ ਹਾਈਕਮਾਂਡ ਦਾ ਜੀ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ, ਸਾਡੇ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਸਾਡੇ ਸੰਗਰੂਰ ਤੋਂ ਹਰਮਨ ਪਿਆਰੇ MP ਮੀਤ ਹੇਅਰ ਜੀ ਦਾ, ਜਿਨ੍ਹਾਂ ਨੇ ਮੇਰੇ 'ਤੇ ਇਸ ਜ਼ਿੰਮੇਵਾਰੀ ਮੇਰੇ 'ਤੇ ਵਿਸ਼ਵਾਸ ਜਿਤਾਇਆ ਅਤੇ ਮੈਨੂੰ ਇੱਥੋਂ ਬਰਨਾਲੇ ਹਲਕੇ ਤੋਂ ਟਿਕਟ ਦਿੱਤੀ ਹੈ ਜੀ। ਹਰਿੰਦਰ ਜੀ ਟਿਕਟ ਵੀ ਦਿੱਤੀ, ਤੁਹਾਨੂੰ ਕਾਫੀ ਕਰੀਬੀ ਜਾਣਿਆ ਜਾਂਦਾ ਮੀਤ ਹੇਅਰ ਦੇ ਨਾਲ, ਮਤਲਬ ਤੁਸੀਂ ਨਾਲ ਵੀ ਰਹੇ ਹੋ, ਕਿੰਨਾ ਚਿਰ ਪਾਰਟੀਆਂ ਜੁੜੇ ਹੋ, ਕਿਸ ਤਰ੍ਹਾਂ ਲੋਕਾਂ ਨਾਲ ਵਿਚਰਨਾ ਰਿਹਾ, ਹੁਣ ਤੁਸੀਂ ਐਜ ਏ ਉਮੀਦਵਾਰ ਵੀ ਹੋ ਗਏ ਹੋ? ਦੇਖੋ ਜੀ, ਕਰੀਬੀ ਹੋਣ ਦਾ ਕਾਰਨ ਸਾਡਾ ਜੀ ਪਾਰਟੀ ਹੈ। ਪਾਰਟੀ ਦੇ ਵਿੱਚ ਜਦੋਂ ਤੋਂ ਪਾਰਟੀ ਬਣੀ ਹੈ ਅਸੀਂ ਉਸ ਟਾਈਮ ਤੋਂ ਇਕੱਠੇ ਹਾਂ, ਇਕੱਠੇ ਕੰਮ ਕਰ ਰਹੇ ਹਾਂ। ਮਤਲਬ ਜਦੋਂ ਤੋਂ 2 ਇਲੈਕਸ਼ਨਾਂ ਪਹਿਲਾਂ ਮੀਤ ਹੇਅਰ ਜੀ ਬਰਨਾਲੇ ਤੋਂ ਲੜੇ, ਫਿਰ MP ਦਾ ਲੜੇ, ਤਾਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਜੀ, ਉਸ ਟਾਈਮ ਤੋਂ ਐਕਟਿਵ ਹਾਂ ਜੀ। ਗੱਲ ਕਰੀ ਕੀ ਮੁੱਦੇ ਲੈ ਕੇ ਲੋਕਾਂ ਜਾਓਗੇ, ਕਿਉਂਕਿ ਪਹਿਲਾਂ ਵੀ ਤੁਹਾਡੀ ਸਰਕਾਰ ਹੈ, ਲੋਕ ਸਭਾ ਸੀਟ ਵੀ ਜਿੱਤੇ ਮੀਤ ਹੇਅਰ, ਹੁਣ ਕੀ ਮੁੱਦੇ ਹੋਣਗੇ ਤੁਹਾਡੇ ਅਤੇ ਕਿਸ ਮੁੱਦਿਆਂ ਨੂੰ ਲੈ ਕੇ ਇਸ ਚੋਣ ਮੈਦਾਨ 'ਚ? ਦੇਖੋ ਜੀ, ਮੁੱਦਾ ਸਾਡਾ ਇੱਕੋ ਹੈ, ਮੁੱਦਾ ਸਾਡਾ ਡਿਵੈਲਪਮੈਂਟ ਹੈ। ਪਹਿਲਾਂ ਵੀ ਬਰਨਾਲੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਮੀਤ ਹੇਅਰ ਜੀ ਨੂੰ, ਉਹਨਾਂ ਦੇ ਕਹਿ ਲਓ ਐਕਟੀਵਿਟੀ ਨੂੰ, ਉਹਨਾਂ ਦੀ ਡਿਵੈਲਪਮੈਂਟ ਨੂੰ, ਜੋ ਕਿ ਪਹਿਲਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੱਡੀ ਲੀਡ ਨਾਲ ਬਰਨਾਲੇ ਤੋਂ ਜਿੱਤੇ ਜਾਂ ਪੂਰੇ ਹਲਕੇ 'ਚੋਂ ਜਿੱਤੇ, ਉਹਦਾ ਕਾਰਨ ਵੀ ਡਿਵੈਲਪਮੈਂਟ ਸੀ। ਹੁਣ ਵੀ ਜਿਹੜਾ ਅਸੀਂ ਅੱਗੇ ਇਲੈਕਸ਼ਨ ਲੜਨ ਜਾ ਰਹੇ ਹਾਂ ਉਹ ਸਿਰਫ ਅਤੇ ਸਿਰਫ ਡਿਵੈਲਪਮੈਂਟ ਦਾ ਮੁੱਦਾ ਸਾਡਾ, ਹੋਰ ਕੋਈ ਮੁੱਦਾ ਨਹੀਂ ਹੈ। ਜੋ ਡਿਵੈਲਪਮੈਂਟ 2.5 ਸਾਲਾਂ ਦੇ ਵਿੱਚ ਕੀਤੀ ਹੈ ਬਰਨਾਲੇ ਸ਼ਹਿਰ 'ਚ, ਧਨੌਲੇ 'ਚ, ਹੰਡਿਆਏ 'ਚ, ਪਿੰਡਾਂ 'ਚ, ਬਰਨਾਲੇ ਦਿਆਂ 'ਚ, ਤਾਂ ਉਸੇ ਨੂੰ ਅਸੀਂ ਅੱਗੇ ਲਿਜਾਣ ਲਈ ਇਲੈਕਸ਼ਨ ਲੜ ਰਹੇ ਹਾਂ। ਵਰਕਰਾਂ 'ਚ ਕਿੰਨੀ ਖੁਸ਼ੀ ਹੈ ਕਿ ਸਵੇਰ ਜਦੋਂ ਅੱਜ ਐਲਾਨ ਹੋਇਆ, ਮੈਨੂੰ ਲੱਗਦਾ ਕਿ ਲੋਕਾਂ ਦੇ ਤਾਂ 'ਤੇ ਲੱਗੇ ਤੁਹਾਨੂੰ ਮਿਲਣ ਵਾਸਤੇ, ਕਿੰਨੇ ਕੁ ਲੋਕ ਮਰੇ ਕੀ ਖੁਸ਼ੀ ਮਨਾ ਰਹੇ ਸੀ? ਦੇਖੋ ਜੀ, ਤੁਹਾਡੇ ਸਾਹਮਣੇ ਆ ਸ਼ਹੀਦ ਜੀ, ਤੋਂ ਆਪਣੀ ਫੋਨ 'ਤੇ ਵੀ ਗੱਲ ਨਹੀਂ, ਉਸ ਟਾਈਮ ਤੋਂ ਫੋਨ ਚੱਲ ਰਿਹਾ, ਲੋਕਾਂ ਦਾ ਪਿਆਰ ਮਿਲ ਰਿਹਾ, ਬਰਨਾਲੇ ਦੇ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ। ਲੋਕਾਂ ਨੇ ਇਲੈਕਸ਼ਨ ਲੜਨਾ ਜੀ, ਅਸੀਂ ਤਾਂ ਲੋਕਾਂ ਮੂਹਰੇ ਆਪਣੀ ਪਰਫੋਰਮੈਂਸ ਰੱਖਣੀ ਹੈ। ਬਰਨਾਲੇ ਦੇ ਲੋਕਾਂ ਨੇ ਪਹਿਲਾਂ ਮੀਤ ਹੇਅਰ ਜੀ ਨੂੰ, ਉਹਨਾਂ ਨੂੰ ਬੜਾ ਪਿਆਰ ਦਿੱਤਾ, ਮੈਨੂੰ ਉਮੀਦ ਹੈ ਉਸੇ ਪਿਆਰ ਨਾਲ ਲੋਕ ਮੈਨੂੰ ਨਵਾਜਣਗੇ। ਅੱਜ ਤੁਹਾਡੀ ਫੋਟੋਆਂ ਦੇਖ ਰਹੇ ਸੀ ਲੋਕਾਂ ਨੂੰ, ਦਰਸ਼ਕਾਂ ਨੂੰ ਵੀ ਦਿਖਾ ਰਹੇ ਸੀ, ਤੁਸੀਂ ਮੀਤ ਹੇਅਰ ਨਾਲ ਬਚਪਨ ਤੋਂ ਰਹੇ ਹੋ, ਇੱਥੇ ਤੁਸੀਂ ਸਿੱਖਿਆ ਕੀਤੀ, ਆਪਦੀ ਪੜ੍ਹਾਈ ਕੀਤੀ ਹੈ, ਕਿੰਨਾ ਕੁ ਅਸੀਂ ਜਾਣਨਾ ਚਾਹਾਂਗੇ, ਕਿੰਨਾ ਕੁ ਤੁਸੀਂ ਕਿਹਨੂੰ ਤੋਂ ਮੀਤ ਹੇਅਰ ਨਾਲ ਇਕੱਠੇ ਰਹੇ ਹੋ, ਕਿਸ ਤਰ੍ਹਾਂ ਤੁਸੀਂ ਇਕੱਠੇ ਅੱਗੇ ਪੜ੍ਹਾਈ ਕੀਤੀ? ਸਕੂਲਿੰਗ ਟਾਈਮ ਤੋਂ ਜੀ, ਇੱਥੇ ਬਰਨਾਲੇ ਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਸਕੂਲ ਹੈ BGS ਸਕੂਲ, ਅਸੀਂ ਸਾਰੇ ਉੱਥੇ ਪੜ੍ਹੇ ਹਾਂ ਜੀ, ਉਸੇ ਟਾਈਮ ਤੋਂ ਉੱਥੋਂ ਇਕੱਠੇ ਹਾਂ, ਫਿਰ ਕਾਲਜ ਤੋਂ, ਫਿਰ ਐਕਚੁਅਲੀ ਸਾਡਾ ਜਿਹੜਾ ਜ਼ਿਆਦਾ ਪਿਆਰ ਕਹਿ ਲਓ ਜਾਂ ਜ਼ਿਆਦਾ ਇਕੱਠੇ ਅਸੀਂ ਪਾਰਟੀ ਦੇ ਵਿੱਚ ਹੈ। ਜਦੋਂ ਤੋਂ ਪਾਰਟੀ ਬਣੀ ਹੈ ਉਸ ਟਾਈਮ ਤੋਂ ਪਾਰਟੀ ਦੀ ਹਰ ਇੱਕ ਐਕਟੀਵਿਟੀ ਦੇ ਵਿੱਚ, ਹਰ ਇੱਕ ਪਾਰਟੀ ਨੇ ਜੋ ਵੀ ਪ੍ਰੋਗਰਾਮ ਦਿੱਤਾ ਤਾਂ ਉਸ ਦੇ ਵਿੱਚ ਅਸੀਂ ਇਕੱਠਿਆਂ ਨੇ ਸਹੂਲੀਅਤ ਕੀਤੀ ਹੈ। ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਮੀਤ ਹੇਅਰ ਜ਼ਰੂਰ ਕਹਿੰਦੇ ਸੀ ਕਿ ਇਹ ਟਿਕਟ ਮੇਰੇ ਖਾਸ ਨੂੰ ਦਿੱਤੀ ਜਾਊਗੀ, ਚਰਚਾਵਾਂ ਕਈ ਸੀ, ਤੁਹਾਡਾ ਨਾਮ ਵੀ ਆ ਰਿਹਾ ਸੀ, ਹੋਰ ਵੀ ਨਾਮ ਆਉਂਦੇ ਸੀ, ਪਰ ਤੁਹਾਨੂੰ ਫੁੱਲ ਕੌਨਫੀਡੈਂਸ ਸੀ ਕਿ ਜਿਸ ਵਾਰ ਤੁਸੀਂ ਚੋਣ ਮੈਦਾਨ 'ਚ ਆਉਂਗੇ? ਦੇਖੋ, ਇਹ ਡੈਮੋਕ੍ਰੇਸੀ ਆ ਜੀ, ਇਹਦੇ ਵਿੱਚ ਹਰ ਇੱਕ ਦਾ ਟਿਕਟ ਮੰਗਣ ਦਾ ਹੱਕ ਹੈ। ਮੈਂ ਵੀ ਐਜ ਏ ਵਰਕਰ ਤੌਰ 'ਤੇ ਮੈਂ ਵੀ ਟਿਕਟ ਮੰਗ ਰਿਹਾ ਸੀ, ਤਾਂ ਹੋਰ ਵੀ ਜੋ ਵੀ ਸੀਗੇ ਮਤਲਬ ਭਰਾ ਸਾਡੇ, ਉਹ ਵੀ ਆਪਣੇ ਆਪ ਨੂੰ ਰੱਖ ਰਹੇ ਸੀ। ਵਿਸ਼ਵਾਸ ਇਹ ਸੀਗਾ ਸੀ ਵੀ ਲੋਕਾਂ ਪਾਰਟੀ ਦੀ ਸੇਵਾ ਕੀਤੀ ਹੈ ਜੀ, ਪਾਰਟੀ ਜ਼ਰੂਰ ਇੱਕ ਮਤਲਬ ਵਲੰਟੀਅਰ ਨੂੰ, ਵਰਕਰ ਨੂੰ ਟਿਕਟ ਨਾਲ ਨਵਾਜੂਗੀ, ਜੋ ਪਾਰਟੀ ਨੇ ਪੂਰਾ ਕੀਤਾ। ਪਹਿਲੇ ਦਿਨ ਤੋਂ ਹੀ ਪਾਰਟੀ ਸਾਡੀ ਇਹ ਕਹਿੰਦੀ ਹੈ ਵੀ ਆਪਦੇ ਬੰਦਿਆਂ ਨੂੰ ਟਿਕਟਾਂ ਦਿੰਦੇ ਆ ਜੀ। ਇੱਕ ਆਮ ਘਰ ਦੇ ਮੁੰਡੇ ਨੂੰ 35 ਸਾਲਾਂ ਦੀ ਉਮਰ 'ਚ ਜੀ, ਦੁਬਾਰੇ ਪਹਿਲਾਂ ਦੇਖੋ ਮੀਤ ਹੇਅਰ ਜੀ ਨੂੰ 27 ਸਾਲਾਂ 'ਚ, ਫਿਰ ਉਹਨਾਂ ਨੂੰ 32 ਸਾਲਾਂ 'ਚ, ਹੁਣ ਮੈਨੂੰ ਇਸ ਹਲਕੇ ਤੋਂ ਟਿਕਟ ਨਾਲ ਨਵਾਜਿਆ। ਬਾਕੀ ਲੋਕਾਂ ਦਾ ਪਿਆਰ ਆ ਜੀ, ਬਰਨਾਲੇ ਦੇ ਲੋਕਾਂ ਦਾ ਪਿਆਰ ਆ, ਉਹਨਾਂ ਨੇ ਪਹਿਲਾਂ ਨਹੀਂ ਕਦੇ ਕਿਸੇ ਚੀਜ਼ ਦੀ ਘਾਟ ਰੱਖੀ, ਹੁਣ ਵੀ ਨਹੀਂ ਰੱਖਣਗੇ ਜੀ। ਥੋੜ੍ਹਾ ਜਾਣਨਾ ਚਾਹਾਂਗੇ ਪਰਿਵਾਰਿਕ, ਤੁਸੀਂ ਕਿੱਥੋਂ, ਪਰਿਵਾਰ ਕੀ ਕਰਦੇ, ਫਾਦਰ ਸਾਹਿਬ ਕੀ ਕਰਦੇ ਆ ਤੁਸੀਂ, ਅਤੇ ਉਹ ਕਿਹੜੇ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਹੋ? ਸ਼ੀਤ ਜੀ, ਮੇਰਾ ਪੁਰਾਣਾ ਪਿੰਡ ਛਿੰਨੀਵਾਲਾ ਜੀ, ਬਰਨਾਲੇ ਦੇ ਨਾਲ ਹੀ ਹੈ, ਤੁਹਾਨੂੰ ਪਤਾ ਹੀ ਇੱਥੋਂ 10-12 ਕਿਲੋਮੀਟਰ 'ਤੇ ਹੈਗਾ ਹੈਗਾ। ਅਤੇ ਮੇਰੇ ਫਾਦਰ ਸਾਹਿਬ ਸਰਦਾਰ ਮੁਖਤਿਆਰ ਸਿੰਘ ਧਾਲੀਵਾਲ, ਜੋ ਕਿ ਵੈਟਨਰੀ ਡਿਪਾਰਟਮੈਂਟ 'ਚੋਂ ਰਿਟਾਇਰਡ ਨੇ, ਮਦਰ ਮੇਰੇ ਹਾਊਸ ਵਾਈਫ ਹੀ ਸੀਗੇ, ਅਤੇ ਬਰਨਾਲੇ ਦੇ ਵਿੱਚ ਹੀ ਅਸੀਂ
ਰਹਿੰਦੇ ਹੈਗੇ, ਇੱਥੋਂ ਦਾ ਹੀ ਸਾਡਾ ਬਚਪਨ ਹੈ, ਇੱਥੋਂ ਦਾ ਹੀ ਸਾਡਾ ਬਰਨਾਲੇ ਏਰੀਏ ਦਾ ਹੀ ਸਾਰਾ ਪਿਛੋਕੜ ਹੈ। ਦਿਨ ਥੋੜ੍ਹੇ ਨੇ, ਤਿਆਰੀ ਕਿਸ ਤਰ੍ਹਾਂ ਲੱਗੂਗੀ? ਲੱਗਦਾ ਕਿ ਦਿਨ ਥੋੜ੍ਹੇ ਨੇ, ਤਿਆਰੀ ਬਹੁਤ ਵੱਡੀ ਹੈ ਕਿਉਂਕਿ 13 ਤਰੀਕ ਨੂੰ ਵੋਟਿੰਗ ਦੀ ਡੇਟ ਤੈਅ ਆ। ਸ਼ੀਰ ਜੀ, ਤਿਆਰੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਜਿਹੜੇ ਇਲੈਕਸ਼ਨ ਟਾਈਮ ਲੋਕ ਆ ਕੇ ਐਕਟਿਵ ਹੋਣ, ਇਲੈਕਸ਼ਨ ਟਾਈਮ ਆ ਕੇ ਲੋਕਾਂ ਦੇ ਵਿੱਚ ਵਿਚਰਨ। ਸਾਡਾ ਰੂਟੀਨ ਜਦੋਂ ਤੋਂ ਬਰਨਾਲੇ ਦੇ ਵਿੱਚ ਐਕਟਿਵ ਹੋਏ ਹਾਂ, ਜਦੋਂ ਤੋਂ ਮੀਤ ਹੇਰ ਜੀ ਬਰਨਾਲੇ ਦੇ ਵਿੱਚ ਪੋਲਿਟਿਕਸ ਕਰਨ ਲੱਗੇ ਆ, ਉਦੋਂ ਤੋਂ ਕੋਈ ਵੀ ਦਿਨ ਨਹੀਂ ਹੈਗਾ ਵੀ ਜਿੱਦਣ ਐਕਟਿਵ ਨਾ ਹੋਈਏ। ਉਹ ਨਾ ਐਕਟਿਵ ਹੋਣ, ਮੈਂ ਨਾ ਐਕਟਿਵ ਹੋਵਾਂ, ਸਾਡੀ ਪਾਰਟੀ ਨਾ ਐਕਟਿਵ ਹੋਵੇ। ਸਾਡੀ ਪਾਰਟੀ ਦਾ ਸਾਰਾ ਸੰਗਠਨ ਐਕਟਿਵ ਰਹਿੰਦਾ, ਲੋਕਾਂ ਦੇ ਵਿੱਚ ਰਹਿੰਦੇ ਹਾਂ ਅਸੀਂ, ਲੋਕਾਂ ਦੇ ਕੰਮ ਕਰਦੇ ਹਾਂ, ਡਿਵੈਲਪਮੈਂਟ ਦੇ ਕੰਮ ਕਰਦੇ ਹਾਂ, ਮਤਲਬ ਪੋਜ਼ਿਟਿਵ ਰਾਜਨੀਤੀ ਕਰਦੇ ਹਾਂ। ਤਾਂ ਕਰਕੇ ਸਾਨੂੰ ਕੋਈ ਕਹਿ ਲਓ ਵੀ ਹੁਣ ਇਲੈਕਸ਼ਨ ਆ ਗਈ, ਹੁਣ ਆ ਜਾਓ ਜੀ, ਹੁਣ ਤਿਆਰੀ ਕਰ ਲਓ, ਉਸ ਦੀ ਸਾਨੂੰ ਕੋਈ ਜ਼ਰੂਰਤ ਨਹੀਂ। ਅਸੀਂ ਜਿੱਦਾਂ ਪਹਿਲਾਂ ਲੋਕਾਂ ਦੇ ਵਿੱਚ ਵਿਚਰਦੇ ਹਾਂ, ਉਸੇ ਤਰ੍ਹਾਂ ਹੀ ਉਮੀਦ ਆ ਸਾਨੂੰ ਲੋਕ ਉਸੇ ਤਰ੍ਹਾਂ ਪਿਆਰ ਦੇਣਗੇ ਜਿੱਦਾਂ ਪਹਿਲਾਂ ਦਿੰਦੇ ਆਏ ਆ ਜੀ। ਅਸੀਂ ਹਰਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਦਾ ਅੱਜ ਆਮ ਆਦਮੀ ਪਾਰਟੀ ਦੀ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਗਿਆ, ਇਹਨਾਂ ਨੇ ਕਿਹਾ ਕਿ ਜਿੱਥੇ ਪਾਰਟੀ ਦਾ ਧੰਨਵਾਦ ਕੀਤਾ, ਉੱਥੇ ਇਹਨਾਂ ਨੇ ਵੀ ਕਿਹਾ ਕਿ ਬਰਨਾਲੇ ਲੋਕਾਂ ਨਾਲ ਪਹਿਲਾਂ ਦਿਨ ਤੋਂ ਜੁੜੇ ਹੋਏ ਸੀ, ਜੁੜੇ ਰਹਾਂਗੇ ਅਤੇ ਇਸੇ ਤਰ੍ਹਾਂ ਜਿਹੜੇ ਕੰਮ ਅਧੂਰੇ ਉਹ ਆਉਣ ਵਾਲੇ ਸਮੇਂ 'ਚ ਪੂਰੇ ਕਰਾਵਾਂਗੇ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ।